ਕਿਸਾਨਾਂ ਨੇ 21 ਫਰਵਰੀ ਨੂੰ ਦਿੱਲੀ ਕੂਚ ਦਾ ਖੁੱਲਾ ਐਲਾਨ ਕਰ ਦਿੱਤਾ ਤੇ ਨਾਲ ਹੀ ਸਾਫ਼ ਕਰ ਦਿੱਤਾ ਕਿ ਸ਼ੰਭੂ ਬੈਰੀਅਰ ਤੇ ਲੱਗੀਆਂ ਰੋਕਾਂ ਨਹੀਂ ਟਿਕਣੀਆਂ ਜੇ ਸਾਨੂੰ ਸ਼ਾਂਤਮਈ ਤਰੀਕੇ ਲੰਘਣ ਦੇਣ ਤਾਂ ਬਹੁਤ ਵਧੀਆ ਵਰਨਾ ਰੋਕਾਂ ਨਹੀਂ ਅੜਨੀਆਂ ਰੋਕਾਂ ਨਹੀਂ ਠਹਿਰਨਗੀਆਂ ਐਸਾ ਐਲਾਨ ਕਰ ਦਿੱਤਾ ਗਿਆ ਵੱਡੀਆਂ-ਵੱਡੀਆਂ ਮਸ਼ੀਨਾਂ ਪੋਗਰਣ ਮਸ਼ੀਨਾਂ ਜੀਐਸਵੀ ਮਸ਼ੀਨਾਂ ਲੈ ਕੇ ਕਿਸਾਨ ਸ਼ੰਭੂ ਬੈਰੀਅਰ ਤੇ ਪਹੁੰਚ ਗਏ ਨੇ ਇਸ ਤੋਂ ਇਲਾਵਾ ਪ੍ਰਬੰਧ ਹੋਰ ਵੀ ਬੜੇ ਕੀਤੇ ਨੇ ਤੁਸੀਂ ਦੇਖ ਰਹੇ ਹੋ ਇਹ ਟਰਾਲੀਆਂ ਦੇ ਵਿੱਚ ਮਿੱਟੀ ਦੇ ਭਰੇ ਹੋਏ ਗੱਟੇ ਤੁਹਾਨੂੰ ਨਜ਼ਰ ਆ ਰਹੇ ਨੇ ਟੀਸੀ ਲੱਗੀ ਇਹ ਟਰਾਲੀ ਨਾਲ ਦੀ ਟਰਾਲੀ ਇੱਕ ਗਾਂ ਟਰਾਲੀ ਤੇ ਕੁਦੂ ਗਾਂ ਟਰਾਲੀ ਦੂਜੇ ਪਾਸੇ ਖੜੀਆਂ ਹੋਰ ਟਰਾਲੀਆਂ ਤੇ ਇੰਨਾ ਹੀ ਪ੍ਰਬੰਧ ਹਲੇ ਹੋਰ ਵੀ ਕੀਤਾ ਜਾ ਰਿਹਾ ਕਿ ਆਖਿਰ ਕੋਈ ਕਮੀ ਨਾ ਰਹਿ ਜਾਵੇ ਤਾਂ ਕਿਸਾਨਾਂ ਨੇ ਸਭ ਤਰ੍ਹਾਂ ਤੇ ਐਲਾਨ ਕੀਤਾ ਕਿ ਜੋਰ ਜਿੰਨਾ ਮਰਜ਼ੀ ਲੱਗ ਜੇ ਤਕਨੀਕ ਕੋਈ ਵਰਤਨੀ ਪੈ ਜੇ ਰਣਨੀਤੀ ਕੋਈ ਵੀ ਘੜਨੀ ਪੈ ਜੇ ਪਰ ਹਰ ਹਾਲ ਦਿੱਲੀ ਜਾਵਾਂਗੇ ਦਿੱਲੀ ਕੂਚ ਕੀਤਾ ਜਾਏਗਾ ਹਾਲਾਂਕਿ ਇਨ੍ਹਾਂ ਮਿੱਟੀ ਦੇ ਗੱਟਿਆਂ ਨੂੰ ਕਿਸ ਟੈਕਨੀਕਲੀ ਵਰਤਿਆ ਜਾਣਾ ਕਿੱਥੇ ਵਰਤਿਆ ਜਾਣਾ ਬੈਰੀਕੇਡ ਦੇ ਉੱਤੋਂ ਲੰਘਣ ਲਈ ਵਰਤਿਆ ਜਾਣਾ ਜਾਂ ਫਿਰ ਕੋਈ ਹੋਰ ਚੋਰ ਮੋਰੀ ਥਾਈ ਲੰਘਣ ਦੇ ਲਈ ਵਰਤਿਆ ਜਾਣਾ ਇਹ ਰਣਨੀਤੀ ਕਿਸਾਨਾਂ ਦੇ ਜ਼ਿਹਨ ਦੇ ਵਿੱਚ ਜਿਹੜੀ ਸ਼ਾਇਦ ਹਲੇ ਕਿਸਾਨ ਬਾਹਰ ਨਾ ਦੱਸ ਰਹੇ ਹੋਣ ਪਰ ਇਹ ਤਿਆਰੀਆਂ ਨਜ਼ਰ ਆ ਰਹੀਆਂ ਨੇ ਸਾਹਮਣੇ ਤਸਵੀਰ ਤੁਹਾਨੂੰ ਸ਼ੰਭੂ ਬੈਰੀਅਰ ਦੀ ਦਿਖਾ ਦਿੰਦੇ ਆ ਬੇਸ਼ੱਕ ਇੱਥੋਂ ਥੋੜਾ ਜਿਹਾ ਤੁਹਾਨੂੰ ਛੋਟੀ ਤਸਵੀਰ ਨਜ਼ਰ ਆਵੇ ਪਰ ਇਹ ਸਾਹਮਣੇ ਉਹੀ ਸ਼ੰਭੂ ਬੈਰੀਅਰ ਹੈ ਜਿੱਥੇ ਹਰਿਆਣਾ ਵਾਲੇ ਪਾਸੇ ਵੱਡਾ ਪ੍ਰਬੰਧ ਕੀਤਾ ਗਿਆ ਮਜ਼ਬੂਤ ਬੈਰੀਕੇਡਿੰਗ ਕੀਤੀ ਗਈ ਹੈ ਇੱਕ ਘਰ ਦਾ ਪੁਲ ਜਿੱਥੇ 7 ਤੋਂ 8 ਲੇਅਰ ਦੀ ਬੈਰੀਕੇਡਿੰਗ ਕੀਤੀ ਗਈ ਆ ਕੰਕਰੀਟ ਭਰ ਕੇ ਉੱਥੇ ਰੋਕਾਂ ਲਾਈਆਂ ਗਈਆਂ ਨੇ ਤਾਂ ਇਹ ਤੁਹਾਡੇ ਸਾਹਮਣੇ ਤਸਵੀਰ ਆ ਇਹਹੀ ਬੈਰੀਕੇਡ ਤੋੜਨ ਦੇ ਲਈ ਇਸੇ ਬੈਰੀਕੇਡ ਤੋਂ ਲੰਘਣ ਦੇ ਲਈ ਜਿੱਥੇ ਪੋਕਲੇਨ ਮਸ਼ੀਨਾ ਜੀਐਸਵੀ ਮਸ਼ੀਨਾ ਤੇ ਹੋਰ ਪ੍ਰਬੰਧ ਕੀਤੇ ਗਏ ਨੇ ਉੱਥੇ ਹੀ ਇਹ ਮਿੱਟੀ ਦੇ ਭਰੇ ਗੱਟਿਆਂ ਦਾ ਪ੍ਰਬੰਧ ਕੀਤਾ ਗਿਆ ਫਿਲਹਾਲ 21 ਤਰੀਕ ਨੂੰ ਕਿਸ ਤਰ੍ਹਾਂ ਦੀ ਤਸਵੀਰ ਨਜ਼ਰ ਆਏਗੀ 21 ਤਰੀਕ ਨੂੰ ਬੈਰੀਕੇਡ ਪਾਰ ਕਰਕੇ ਕਿਸਾਨ ਅੱਗੇ ਜਾ ਸਕਣਗੇ ਕੀ ਨਹੀਂ ਅੱਗੇ ਜਾਣਗੇ ਤਾਂ ਕਿਸ ਤਰੀਕੇ ਜਾਣਗੇ ਦੇਖਣਾ ਹੋਵੇਗਾ ਪਰ ਫਿਲਹਾਲ ਜਿਸ ਤਰ੍ਹਾਂ ਦੀ ਸਥਿਤੀ ਨਜ਼ਰ ਆ ਰਹੀ ਹੈ ਆਸ ਤੇ ਅਰਦਾਸ ਇਹੀ ਕਿ ਹਾਲਾਤ ਕਾਬੂ ਦੇ ਵਿੱਚ ਰਹਿਣ ਸਥਿਤੀ ਤਣਾਅਪ੍ਰਿਪੇਦਾ ਨਾ ਹੋਵੇ ਕਿਸੇ ਦਾ ਵੀ ਨੁਕਸਾਨ ਨਾ ਹੋਵੇ ਤੇ ਗੱਲਬਾਤ ਦੇ ਰਹੀ ਕਿਸਾਨਾਂ ਦਾ ਮਸਲਾ ਹੱਲ ਹੋਵੇ ਕੈਮਰਾਮੈਨ ਸਨਮਪ੍ਰੀਤ ਦੇ ਨਾਲ ਨਵਿੰਦਰ ਸਿੰਘ ਭਰਾੜ ਨਿਊਜ਼ 18 ਸ਼ੰਭੂ ਬੈਰੀਅਰ ਕਿਸਾਨਾਂ ਨੇ 21 ਫਰਵਰੀ ਨੂੰ ਦਿੱਲੀ ਕੂਚ ਦਾ ਖੁੱਲਾ ਐਲਾਨ ਕਰ ਦਿੱਤਾ ਤੇ ਨਾਲ ਹੀ ਸਾਫ਼ ਕਰ ਦਿੱਤਾ ਕਿ ਸ਼ੰਭੂ ਬੈਰੀਅਰ ਤੇ ਲੱਗੀਆਂ ਰੋਕਾਂ ਨਹੀਂ ਟਿਕਣੀਆਂ ਜੇ ਸਾਨੂੰ ਸ਼ਾਂਤਮਈ ਤਰੀਕੇ ਲੰਘਣ ਦੇਣ ਤਾਂ ਬਹੁਤ ਵਧੀਆ ਵਰਨਾ ਰੋਕਾਂ ਨਹੀਂ ਅੜਨੀਆਂ ਰੋਕਾਂ ਨਹੀਂ ਠਹਿਰਨਗੀਆਂ ਐਸਾ ਐਲਾਨ ਕਰ ਦਿੱਤਾ ਗਿਆ ਵੱਡੀਆਂ-ਵੱਡੀਆਂ ਮਸ਼ੀਨਾਂ ਭੋਗਰਣ ਮਸ਼ੀਨਾਂ ਜੀਐਸਵੀ ਮਸ਼ੀਨਾਂ ਲੈ ਕੇ ਕਿਸਾਨ ਸ਼ੰਭੂ ਬੈਰੀਅਰ ਤੇ ਪਹੁੰਚ ਗਏ ਨੇ ਇਸ ਤੋਂ ਇਲਾਵਾ ਪ੍ਰਬੰਧ ਹੋਰ ਵੀ ਬੜੇ ਕੀਤੇ ਨੇ ਤੁਸੀਂ ਦੇਖ ਰਹੇ ਹੋ ਇਹ ਟਰਾਲੀਆਂ ਦੇ ਵਿੱਚ ਮਿੱਟੀ ਦੇ ਭਰੇ ਹੋਏ ਗੱਟੇ ਤੁਹਾਨੂੰ ਨਜ਼ਰ ਆ ਰਹੇ ਨੇ ਟੀਸੀ ਲੱਗੀ ਇਹ ਟਰਾਲੀ ਨਾਲ ਦੀ ਟਰਾਲੀ ਇੱਕ ਗਾਂ ਟਰਾਲੀ ਇੱਕ ਉਦੂ ਗਾਂ ਟਰਾਲੀ ਦੂਜੇ ਪਾਸੇ ਖੜੀਆਂ ਹੋਰ ਟਰਾਲੀਆਂ ਤੇ ਇੰਨਾ ਹੀ ਪ੍ਰਬੰਧ ਹਲੇ ਹੋਰ ਵੀ ਕੀਤਾ ਜਾ ਰਿਹਾ ਕਿ ਆਖਿਰ ਕੋਈ ਕਮੀ ਨਾ ਰਹਿ ਜਾਵੇ ਤਾਂ ਕਿਸਾਨਾਂ ਨੇ ਸਭ ਤਰ੍ਹਾਂ ਤੇ ਐਲਾਨ ਕੀਤਾ ਕਿ ਜੋਰ ਜਿੰਨਾ ਮਰਜ਼ੀ ਲੱਗ ਜੇ ਤਕਨੀਕ ਕੋਈ ਵਰਤਣੀ ਪੈ ਜੇ ਰਣਨੀਤੀ ਕੋਈ ਵੀ ਘੜਨੀ ਪੈ ਜੇ ਪਰ ਹਰ ਹਾਲ ਦਿੱਲੀ ਜਾਵਾਂਗੇ ਦਿੱਲੀ ਕੁਝ ਕੀਤਾ ਜਾਏਗਾ ਹਾਲਾਂਕਿ ਇਨ੍ਹਾਂ ਮਿੱਟੀ ਦੇ ਗੱਟਿਆਂ ਨੂੰ ਕਿਸ ਟੈਕਨੀਕ ਲਈ ਵਰਤਿਆ ਜਾਣਾ ਕਿੱਥੇ ਵਰਤਿਆ ਜਾਣਾ ਬੈਰੀਕੇਡ ਦੇ ਉੱਤੋਂ ਲੰਘਣ ਲਈ ਵਰਤਿਆ ਜਾਣਾ ਜਾਂ ਫਿਰ ਕੋਈ ਹੋਰ ਚੋਰ ਮੋਰੀ ਥਾਂ ਲੰਘਣ ਦੇ ਲਈ ਵਰਤਿਆ ਜਾਣਾ ਇਹ ਰਣਨੀਤੀ ਕਿਸਾਨਾਂ ਦੇ ਜ਼ਿਹਨ ਦੇ ਵਿੱਚ ਆ ਜਿਹੜੀ ਸ਼ਾਇਦ ਹਲੇ ਕਿਸਾਨ ਬਾਹਰ ਨਾ ਦੱਸ ਰਹੇ ਹੁਣ ਪਰ ਇਹ ਤਿਆਰੀਆਂ ਨਜ਼ਰ ਆ ਰਹੀਆਂ ਨੇ ਸਾਹਮਣੇ ਤਸਵੀਰ ਤੁਹਾਨੂੰ ਸ਼ੰਭੂ ਬੈਰੀਅਰ ਦੀ ਦਿਖਾ ਦਿੰਦੇ ਆ ਬੇਸ਼ੱਕ ਇੱਥੋਂ ਥੋੜਾ ਜਿਹਾ ਤੁਹਾਨੂੰ ਛੋਟੀ ਤਸਵੀਰ ਨਜ਼ਰ ਆਵੇ ਪਰ ਇਹ ਸਾਹਮਣੇ ਉਹੀ ਸ਼ੰਭੂ ਬੈਰੀਅਰ ਹੈ ਜਿੱਥੇ ਹਰਿਆਣਾ ਵਾਲੇ ਪਾਸੇ ਵੱਡਾ ਪ੍ਰਬੰਧ ਕੀਤਾ ਗਿਆ ਮਜ਼ਬੂਤ ਬੈਰੀਕੇਡਿੰਗ ਕੀਤੀ ਗਈ ਹੈ ਇੱਕ ਘਰ ਦਾ ਪੁਲ ਜਿੱਥੇ 7 ਤੋਂ 8 ਲੇਅਰ ਦੀ ਬੈਰੀਕੇਡਿੰਗ ਕੀਤੀ ਗਈ ਹੈ ਕੰਕਰੀਟ ਭਰ ਕੇ ਉੱਥੇ ਰੋਕਾਂ ਲਾਈਆਂ ਗਈਆਂ ਨੇ ਤਾਂ ਇਹ ਤੁਹਾਡੇ ਸਾਹਮਣੇ ਤਸਵੀਰ ਹੈ ਇਹੀ ਬੈਰੀਕੇਡ ਤੋੜਨ ਦੇ ਲਈ ਇਸੇ ਬੈਰੀਕੇਡ ਤੋਂ ਲੰਘਣ ਦੇ ਲਈ ਜਿੱਥੇ ਪੋਕਲੇਨ ਮਸ਼ੀਨਾ ਜੀਐਸਵੀ ਮਸ਼ੀਨਾ ਤੇ ਹੋਰ ਪ੍ਰਬੰਧ ਕੀਤੇ ਗਏ ਨੇ ਉੱਥੇ ਹੀ ਇਹ ਮਿੱਟੀ ਦੇ ਭਰੇ ਗੱਟਿਆਂ ਦਾ ਪ੍ਰਬੰਧ ਕੀਤਾ ਗਿਆ ਫਿਲਹਾਲ 21 ਤਰੀਕ ਨੂੰ ਕਿਸ ਤਰ੍ਹਾਂ ਦੀ ਤਸਵੀਰ ਨਜ਼ਰ ਆਏਗੀ 21 ਤਰੀਕ ਨੂੰ ਬੈਰੀਕੇਡ ਪਾਰ ਕਰਕੇ ਕਿਸਾਨ ਅੱਗੇ ਜਾ ਸਕਣਗੇ ਜਾਂ ਨਹੀਂ ਅੱਗੇ ਜਾਣਗੇ ਤਾਂ ਕਿਸ ਤਰੀਕੇ ਜਾਣਗੇ ਦੇਖਣਾ ਹੋਵੇਗਾ ਪਰ ਫਿਲਹਾਲ ਜਿਸ ਤਰ੍ਹਾਂ ਦੀ ਸਥਿਤੀ ਨਜ਼ਰ ਆ ਰਹੀ ਹੈ ਆਸ ਤੇ ਅਰਦਾਸ ਇਹ ਹੀ ਕਿ ਹਾਲਾਤ ਕਾਬੂ ਦੇ ਵਿੱਚ ਰਹਿਣ ਸਥਿਤੀ ਤਣਾਅਪ੍ਰਿਪੇਦਾ ਨਾ ਹੋਵੇ ਕਿਸੇ ਦਾ ਵੀ ਨੁਕਸਾਨ ਨਾ ਹੋਵੇ ਤੇ ਗੱਲਬਾਤ ਦੇ ਰਹੀ ਕਿਸਾਨਾਂ ਦਾ ਮਸਲਾ ਹੱਲ ਹੋਵੇ ਕੈਮਰਾਮੈਨ ਸਨਮਪ੍ਰੀਤ ਦੇ ਨਾਲ ਨਵਿੰਦਰ ਸਿੰਘ ਭਰਾੜ ਨਿਊਜ਼ 18 ਸ਼ੰਭੂ ਬੈਰੀਅਰ